ਜੋ ਪੰਜਾਬ ਦੇ ਲੋਕ ਵੀ ਹਰਿਆਣੇ ਦੇ ਲੋਕ ਵੀ ਸਾਰੇ ਲੋਕ ਖੁਸ਼ਹਾਲ ਹੋ ਕੇ ਆਪਣੀ ਚੰਗੀ ਜ਼ਿੰਦਗੀ ਜੀ ਸਕਣ। ਉਹਦੇ ਲਈ ਅਸੀਂ ਇਹ ਦਿੱਲੀ ਨੂੰ 13 ਫਰਵਰੀ ਨੂੰ ਜਾ ਰਹੇ ਹਾਂ। ਇਹ 3-4 ਪਰਿਵਾਰਾਂ ਦਾ 11 ਲੱਖ ਕਰੋੜ ਦਾ ਕਰਜ਼ਾ ਮਾਫ ਕਰ ਸਕਦੀਆਂ ਨੇ। ਪੂਰੇ ਭਾਰਤ ਦੇ ਕਿਸਾਨਾਂ ਤੇ 14 ਲੱਖ ਕਰੋੜ ਦਾ ਕਰਜ਼ਾ, ਜਦੋਂ 4 ਪਰਿਵਾਰਾਂ ਦਾ ਕਰਜ਼ਾ ਇੰਨਾ ਮਾਫ ਹੋ ਸਕਦਾ ਤਾਂ ਫਿਰ ਪੂਰੇ ਮੋਦੀ ਹੀ ਨਹੀਂ, ਭਾਵੇਂ ਬੀਜੇਪੀ ਸਰਕਾਰ ਆ, ਕਾਂਗਰਸ ਆ, ਭਾਵੇਂ ਆਮ ਆਦਮੀ ਪਾਰਟੀ ਆ, ਜਿਹਦਾ ਜ਼ੋਰ ਚੱਲਦਾ ਉਹ ਧੱਕਾ ਕਰਦਾ। ਜਿਹੜੀ ਵੀ ਧਿਰ ਸੱਤਾ ਦੇ ਵਿੱਚ ਆ ਜਾਂਦੀ ਆ, ਜਦੋਂ ਉਹ ਉਹਨਾਂ ਦੇ ਵਿੱਚ ਈਗੋ ਆ ਜਾਵੇ, ਉਹ ਲੋਕਾਂ ਦਾ ਘਾਣ ਕਰਦੀ ਆ। ਤੇ ਸਾਡੇ ਨਾਲ ਕਿਸਾਨ ਆਗੂ ਮੌਜੂਦ ਨੇ ਤੇ 13 ਫਰਵਰੀ ਦੀ ਤਿਆਰੀ ਕਹਿ ਰਹੇ ਨੇ ਵੀ 13 ਫਰਵਰੀ ਨੂੰ ਦੁਬਾਰਾ ਦਿੱਲੀ ਦੀਆਂ ਬਰੂਆਂ ਉੱਤੇ ਮੋਰਚਾ ਲਾਉਣਾ ਪਹਿਲਾਂ ਵਾਂਗ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਹ ਫਿਰ ਕਿੱਦਾਂ ਜਿਹੜੇ ਮਾਰਚ ਕਰ ਰਹੇ ਹੋ, ਟਰੈਕਟਰ ਮਾਰਚ ਸਿੱਧੂਪੁਰ ਯੂਨੀਅਨ ਵੱਲੋਂ, ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ, ਇਹ ਕੀ ਦਿੱਤੀ ਹੈ ਕੌਲ? ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਸਰਹੰਦ ਬੰਨ ਤੋਂ ਅਸੀਂ ਇਹ ਮਾਰਚ ਕੱਢਿਆ। ਸਾਡੇ 10-15 ਪਿੰਡਾਂ ਦਾ ਇਹ ਮਾਰਚ ਆ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕੌਲ ਸਾਡੇ ਪੂਰੇ ਪੰਜਾਬ ਦੇ ਵਿੱਚ ਫੈਸਲਾ ਹੋਇਆ। ਕੁਝ ਦਿਨ ਪਹਿਲਾਂ ਅਸੀਂ ਬਸੀ ਦੇ ਵਿੱਚ ਕੱਢਿਆ, ਕੱਲ੍ਹ ਨੂੰ ਅਸੀਂ ਇੱਧਰ ਸਰਹੰਦ ਬਲਾਕ 2 ਆ ਜਿਹੜਾ ਆਪਣਾ ਵਿਚਾਲੇ ਪਟਿਆਲੇ ਵਾਲਾ ਰੋਡ ਹੈ, ਇਹ ਤੋਂ ਪਰਲੇ ਪਾਸੇ ਕੱਢਣਾ, ਫਿਰ ਅਸੀਂ ਖਮਾਣੋਜ ਵਿੱਚ ਵੀ ਕੱਢਣਾ, ਮਲੋਹ ਸਾਰੇ ਬਲਾਕਾਂ ਦੇ ਵਿੱਚ ਕੱਢਾਂਗੇ। ਇਸ ਕਰਕੇ ਆ ਇਹ ਕੌਲ ਸਾਡੀ ਸੂਬਾ ਕਮੇਟੀ ਦੀ ਕੌਲ ਆ ਜੀ। ਇਹ ਸੂਬਾ ਕਮੇਟੀ ਦੀ ਮਤਲਬ ਕਿਹੜੇ ਕਿਹੜੀ ਜੁਨੀਅਨ ਦੀ? ਇਕੱਲੀ ਸਿੱਧੂਪੁਰ ਜੁਨੀਅਨ ਦੀ ਇਹ ਕੌਲ ਆ? ਸਾਰੀਆਂ ਵੱਖ ਵੱਖ ਜਥੇਬੰਦੀਆਂ, ਜੋ ਸੰਯੁਕਤ ਕਿਸਾਨ ਮੋਰਚਾ, ਗੈਰ ਰਾਜਨੀਤਿਕ ਉੱਤਰੀ ਭਾਰਤ ਦੀਆਂ ਜੋ 18 ਜਥੇਬੰਦੀਆਂ ਨੇ, ਜਿਹਦੇ ਵਿੱਚ ਪੰਨੂ ਭੰਦੇਰ ਉਹਨੀ ਨੇ, ਉਹ ਸਾਰੇ ਰਲ ਕੇ ਆਪਣੇ ਆਪਣੇ ਹਲਕਿਆਂ ਦੇ ਵਿੱਚ ਆਪਣੀਆਂ ਆਪਣੀਆਂ ਜਥੇਬੰਦੀਆਂ ਨਾਲ ਇਹ ਟਰੈਕਟਰ ਮਾਰਚ ਕਰ ਰਹੇ ਨੇ। ਕੀ ਗੱਲ, ਸਰਕਾਰ ਜਿਹੜੀ ਸਰਕਾਰ ਬਣਾਈ ਆਪਾਂ ਚੁਣ ਕੇ ਸਰਕਾਰ ਬਣਾਈ ਹੈ, ਵੀ ਆਪਾਂ ਨੂੰ ਮਾਰਚ, ਰੋਸ ਮਾਰਚ, ਹੈ ਨਾ, ਮੋਰਚੇ ਕਿਉਂ ਲਾਉਣੇ ਪੈ ਰਹੇ ਨੇ ਤੇ ਟਰੈਕਟਰ ਮਾਰਚ ਕੱਢਣੇ ਪੈ ਰਹੇ ਨੇ, ਸਰਕਾਰ ਤੋਂ ਸੰਤੁਸ਼ਟ ਨਹੀਂ ਹੈਗੇ? ਦੇਖੋ, ਜੇ ਸਰਕਾਰਾਂ ਦੇ ਕੋਲੋਂ ਆਪਾਂ ਕੋਈ ਸੰਤੁਸ਼ਟੀ ਦੀ ਗੱਲ ਕਰੀਏ, ਕਿਸੇ ਵੀ ਸਰਕਾਰ ਕੋਲੋਂ, ਗੁਰੂ ਨਾਨਕ ਦੇਵ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਦਸ਼ੇ ਪਾਤਸ਼ਾਹੀਆਂ ਨੇ ਹਮੇਸ਼ਾ ਜੋ ਜ਼ਬਰ ਦੇ ਨਾਲ ਟੱਕਰਾ ਲਿਆ। ਇਸੇ ਤਰ੍ਹਾਂ ਹੀ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ, ਮਹਾਰਾਜਾ ਰਣਜੀਤ ਸਿੰਘ ਮਿਸਲਾਂ ਨੇ ਲੜਾਈ ਲੜੀਆਂ ਨੇ, ਮਹਾਰਾਜਾ ਰਣਜੀਤ ਸਿੰਘ ਨੇ ਲੜੀਆਂ, ਫਿਰ 1947 ਵਾਲਾ ਸੰਘਰਸ਼ ਲੜਿਆ, ਫਿਰ 1984 ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਮੋਰਚੇ ਲੜੇ ਨੇ, ਉਸ ਤੋਂ ਬਾਅਦ ਫਿਰ ਲਗਾਤਾਰ ਲੜਾਈਆਂ ਲੜਦੇ ਆ ਰਹੇ ਹਾਂ ਹਕੂਮਤਾਂ ਦੇ ਨਾਲ, ਕਿਉਂਕਿ ਹਕੂਮਤਾਂ ਦੀਆਂ ਜਿਹੜੀਆਂ ਮਾਰੂ ਨੀਤੀਆਂ ਨੇ, ਸਮਾਜ ਵਿਰੋਧੀ ਨੀਤੀਆਂ ਨੇ, ਉਹਨਾਂ ਦੇ ਲਈ ਆਪਣੇ ਹਮੇਸ਼ਾ ਲੜਾਈ ਬਰਕਰਾਰ ਰੱਖਣੀ ਪੈਂਦੀ ਹੈ। ਹੁਣ ਮਤਲਬ ਜਿਹੜਾ ਪਹਿਲਾਂ ਆਪਾਂ ਬਿੱਲ ਜਿੱਤੇ ਸੀਗੇ ਨਾ, ਮੋਦੀ ਨੇ ਜਿਹੜੇ ਕਾਨੂੰਨ ਵਾਪਸ ਲਏ ਸੀਗੇ, ਹੁਣ ਦੁਬਾਰੇ ਉਹ ਜਿਹੜਾ ਬਿੱਲਾਂ ਵਿੱਚ ਕੋਈ ਸੋਧ ਕਰਨ ਵਾਸਤੇ ਤੁਸੀਂ ਮੋਰਚਾ ਲਾਉਣ ਜਾ ਰਹੇ ਹੋ, ਹੁਣ ਕੀ ਕੀ ਮੰਗਾਂ ਨੇ, ਕੀ ਕੀ ਕਮੀ ਰਹਿ ਗਈ ਜਿਹੜੇ ਬਿੱਲ ਸੀਗੇ ਕਿਸਾਨਾਂ ਦੇ ਆਮਦਨ ਵਿੱਚ, ਕੀ ਕਮੀ ਰਹਿ ਗਈ? ਉਹ ਦੇਖੋ, ਉਹ ਤਾਂ 3 ਕਾਲੇ ਕਾਨੂੰਨ ਆਪਾਂ ਰੱਦ ਕਰਵਾ ਲਏ ਨੇ, ਉਹਦੇ ਪਰ ਟੇਢੇ ਢੰਗ ਦੇ ਵਿੱਚ ਸਰਕਾਰ ਉਹਨਾਂ ਕਾਨੂੰਨਾਂ ਨੂੰ ਲੈ ਕੇ ਆਉਣਾ ਚਾਹੁੰਦੀ ਆ, ਜਿਹਦੇ ਵਿੱਚੋਂ ਇੰਪੋਰਟ ਡਿਊਟੀ ਡੈਰੀ ਵਸਤਾਂ ਦੇ ਉੱਤੋਂ ਅਤੇ ਕਣਕ ਦੇ ਉੱਤੋਂ ਇੰਪੋਰਟ ਡਿਊਟੀ ਖਤਮ ਕਰਕੇ ਸਰਕਾਰ ਆਪਣੀ ਫਸਲਾਂ ਦਾ ਰੇਟ ਘਟਾਉਣਾ ਚਾਹੁੰਦੀ ਹੈ ਤੇ ਦੁੱਧ ਦਾ ਰੇਟ ਘਟਾ ਕੇ ਸਾਡੇ ਲੋਕਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੀ ਹੈ ਤੇ ਕਾਰਪੋਰੇਟ ਘਰਾਣਿਆਂ ਦੇ ਢਿੱਡ ਭਰਨਾ ਚਾਹੁੰਦੀ ਆ। ਇਸ ਤੋਂ ਬਾਅਦ ਅਸੀਂ ਚਾਹੁੰਦੇ ਹਾਂ ਕਿਸਾਨਾਂ ਨੂੰ ਡਾਕਟਰ ਸਵਾਮੀਨਾਥਨ ਰਿਪੋਰਟ ਅਨੁਸਾਰ ਭਾਅ ਦਿੱਤਾ ਜਾਵੇ, ਸਮੁੱਚੀ ਕਿਸਾਨੀ ਦਾ ਕਰਜ਼ਾ ਮਾਫ ਕੀਤਾ ਜਾਵੇ। ਉਸ ਤੋਂ ਬਾਅਦ ਜੋ ਸਾਡਾ ਪੰਜਾਬ ਦਾ ਪਾਣੀ ਆ, ਪਾਣੀਆਂ ਦੇ ਉੱਤੇ ਹਰਿਆਣੇ ਨੂੰ ਪਾਣੀ, ਸ਼ਾਰਦਾ ਜਮਨਾ ਲਿੰਕ ਚੈਨਲ ਰਾਹੀਂ ਪਾਣੀ ਦੇ ਕੇ ਪੰਜਾਬ ਦਾ ਪਾਣੀ ਪੰਜਾਬ ਨੂੰ ਦਿੱਤਾ ਜਾਵੇ, ਹਰਿਆਣੇ ਨੂੰ ਪਾਣੀ ਵੀ ਸ਼ਾਰਦਾ ਜਮਨਾ ਲਿੰਕ ਚੈਨਲ ਰਾਹੀਂ ਦੇ ਕੇ ਪੰਜਾਬ ਦੇ ਖੇਤਾਂ ਦੇ ਵਿੱਚ ਜੋ ਜਿਹੜਾ ਰਾਜਸਥਾਨ ਨੂੰ 11 MF ਪਾਣੀ ਦਿੱਤਾ ਜਾ ਰਿਹਾ, ਉਹ ਪੰਜਾਬ ਦੇ ਵਿੱਚ ਵਾਪਸ ਲਿਆ ਕੇ, ਤਾਂ ਜੋ ਪੰਜਾਬ ਦੇ ਲੋਕ ਵੀ, ਹਰਿਆਣੇ ਦੇ ਲੋਕ ਵੀ, ਸਾਰੇ ਲੋਕ ਖੁਸ਼ਹਾਲ ਹੋ ਕੇ ਆਪਣੀ ਚੰਗੀ ਜ਼ਿੰਦਗੀ ਜੀ ਸਕਣ। ਉਹਦੇ ਲਈ ਅਸੀਂ ਇਹ ਦਿੱਲੀ ਨੂੰ 13 ਫਰਵਰੀ ਨੂੰ ਜਾ ਰਹੇ ਹਾਂ। ਇਹ ਵੋਟਾਂ ਤੋਂ ਪਹਿਲਾਂ ਮੋਰਚਾ ਇਸ ਕਰਕੇ ਲਗਾ ਰਹੇ ਹੋ ਵੀ ਮੋਦੀ ਦੀਆਂ ਹੁਣ ਵੋਟਾਂ ਆ ਰਹੀਆਂ MP ਦੀਆਂ, ਵੀ ਮੋਦੀ
ਜਿਹੜੇ ਮੰਗਾਂ ਨੇ ਮੰਨੂਗਾ ਜਾਂ ਫਿਰ ਮੋਰਚਾ ਲੰਬਾ ਵੀ ਜਾ ਸਕਦਾ ਪਹਿਲਾਂ ਵਾਂਗ? ਦੇਖੋ ਆਪ ਸਭ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਵੀ ਇਹ ਸਰਕਾਰਾਂ ਕੁਰਸੀ ਦੇ ਲਈ ਕੁਝ ਵੀ ਕਰ ਸਕਦੀਆਂ ਨੇ। ਜਦੋਂ ਇਹ 3-4 ਪਰਿਵਾਰਾਂ ਦਾ 11 ਲੱਖ ਕਰੋੜ ਦਾ ਕਰਜ਼ਾ ਮਾਫ ਕਰ ਸਕਦੀਆਂ ਨੇ, ਪੂਰੇ ਭਾਰਤ ਦੇ ਕਿਸਾਨਾਂ ਤੇ 14 ਲੱਖ ਕਰੋੜ ਦਾ ਕਰਜ਼ਾ, ਜਦੋਂ 4 ਪਰਿਵਾਰਾਂ ਦਾ ਕਰਜ਼ਾ ਇੰਨਾ ਮਾਫ ਹੋ ਸਕਦਾ ਤਾਂ ਫਿਰ ਪੂਰੇ ਭਾਰਤ ਦੇ ਕਿਸਾਨਾਂ ਦਾ ਕਿਉਂ ਨਹੀਂ ਹੋ ਸਕਦਾ? ਇਸ ਕਰਕੇ ਆਪਾਂ ਚਾਹੁੰਦੇ ਵੀ ਇਹ ਬਹੁਤ ਢੁੱਕਵਾਂ ਸਮਾਂ ਆਉਣ ਵਾਲੇ 16 ਮੈਨੂੰ ਲੱਗਦਾ ਅਪ੍ਰੈਲ ਮਈ ਦੇ ਵਿੱਚ ਇਹ ਵੋਟਾਂ ਆ ਰਹੀਆਂ ਨੇ, ਉਹ ਤੋਂ ਪਹਿਲਾਂ ਜੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਚਲੇ ਜਾਣਗੇ ਉਹਨੂੰ ਚਿੰਤਾ ਕਰ ਪਵਾ ਦੇਣਗੇ ਵੀ ਇਹ ਤੇਰੀ ਕੁਰਸੀ ਜਾ ਰਹੀ ਆ ਤਾਂ ਸਰਕਾਰ ਨੂੰ ਚਿੰਤਾ ਹੋਊਗੀ, ਤਾਂ ਉਹਨੂੰ ਮਜਬੂਰੀ ਬਸ ਆਪਣੀਆਂ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਮੰਨਣੀਆਂ ਪੈਣੀਆਂ ਨੇ, ਲਾਗੂ ਕਰਨੀਆਂ ਪੈਣੀਆਂ ਨੇ। ਤੁਹਾਨੂੰ ਕਿਤੇ ਲੱਗਦਾ ਵੀ ਜਿਹੜਾ ਲੋਕਤੰਤਰ ਹੈ ਇਹਦੀ ਹੱਤਿਆ ਹੋ ਰਹੀ ਹੈ? ਹੁਣ ਮੋਦੀ ਹਰੇਕ ਵਾਰੀ ਆ ਜਾਂਦਾ, ਤੀਜੀ ਵਾਰੀ ਹੁਣ ਮੋਦੀ ਆ ਰਿਹਾ ਵੀ ਇਹ ਮਸ਼ੀਨਾਂ 'ਚ ਗੜਬੜ ਕਰਦੇ ਨੇ। ਹੁਣ ਪਿੱਛੇ ਜੇ ਹੋ ਕੇ ਹਟਿਆ, ਚੰਡੀਗੜ੍ਹ ਮੇਅਰ ਦੀ ਚੋਣ ਹੋਈ ਸੀ, ਉੱਥੇ ਵੀ ਘਪਲਾ ਹੋਇਆ, ਉੱਥੇ ਵੀ ਧੱਕਾ ਕੀਤਾ ਗਿਆ, ਤੇ ਲੱਗਦਾ ਨਹੀਂ ਵੀ ਐਮ ਪੀ ਦੇ ਵਿੱਚ ਧੱਕਾ ਕਰਨਗੇ? ਦੇਖੋ ਇਕੱਲਾ ਮੋਦੀ ਹੀ ਨਹੀਂ, ਭਾਵੇਂ ਬੀਜੇਪੀ ਸਰਕਾਰ ਆ, ਕਾਂਗਰਸ ਆ, ਭਾਵੇਂ ਆਮ ਆਦਮੀ ਪਾਰਟੀ ਆ, ਜਿਹਦਾ ਜ਼ੋਰ ਚੱਲਦਾ ਉਹ ਧੱਕਾ ਕਰਦੀਆਂ ਨੇ ਬਾਈ, ਉਹ ਜਿਹੜੀ ਮਰਜ਼ੀ ਪਾਰਟੀ ਹੋਵੇ। ਆਪਾਂ ਅੱਜ ਇਹ ਸੱਤਾ ਦੇ ਵਿੱਚ ਨੇ, ਇਹਨਾਂ ਨੇ ਲੋਕਤੰਤਰ ਦਾ ਘਾਣ ਕਰਿਆ, ਜਦੋਂ 1984 ਆਪਾਂ ਨੂੰ ਯਾਦ ਆ ਉਦੋਂ ਕਾਂਗਰਸ ਦੀ ਸੱਤਾ ਦੇ ਵਿੱਚ ਇਹਨਾਂ ਨੇ ਘਾਣ ਕਰਿਆ, ਐਤਕੀ ਆਮ ਆਦਮੀ ਪਾਰਟੀ ਨੇ ਕਿ ਤੁਸੀਂ ਦੇਖਿਆ ਪਿਛਲੇ ਦਿਨ ਗੁਰੂ ਘਰਾਂ ਦੇ ਵਿੱਚ ਗੋਲੀਆਂ ਚਲਾਈਆਂ ਨੇ। ਇਸ ਕਰਕੇ ਜਿਹੜੀ ਵੀ ਧਿਰ ਸੱਤਾ ਦੇ ਵਿੱਚ ਆ ਜਾਂਦੀ ਆ, ਜਦੋਂ ਉਹ ਉਹਨਾਂ ਦੇ ਵਿੱਚ ਈਗੋ ਆ ਜਾਵੇ ਉਹ ਲੋਕਾਂ ਦਾ ਘਾਣ ਕਰਦੀ ਆ, ਭਾਵੇਂ ਸੈਂਟਰ ਸਰਕਾਰ ਹੋਵੇ ਉਹਦੇ ਵਿੱਚ ਵੀ ਈਗੋ ਆ, ਭਾਵੇਂ ਪੰਜਾਬ ਸਰਕਾਰ ਆ ਇਹਦੇ ਵਿੱਚ ਵੀ ਈਗੋ ਆ, ਇਹ ਦੋਵੇਂ ਘਾਣ ਲੋਕਾਂ ਦਾ, ਲੋਕਤੰਤਰ ਦਾ ਤੇ ਲੋਕਾਂ ਦਾ ਘਾਣ ਕਰਨ ਤੇ ਤੁਰੀਆਂ ਹੋਈਆਂ। ਇਸ ਵਾਰ ਵੀ ਇਦਾਂ ਹੀ ਹੋਇਆ ਵੀ ਲੋਕਤੰਤਰ ਦਾ ਘਾਣ ਕਰਕੇ ਮੋਦੀ ਦੁਬਾਰਾ ਫੇਰ ਆ ਕੇ ਫੇਰ ਕੀ ਕਰੋਗੇ? ਦੇਖੋ ਭਾਵੇਂ ਕਾਂਗਰਸ ਆ ਜਾਵੇ, ਇਹ ਜਿਹੜਾ ਕੁਛ ਇੰਨਾ ਹੋ ਰਿਹਾ ਅੱਜ ਭਾਰਤ ਦੇ ਵਿੱਚ, ਨਿਊ ਵਰਲਡ ਆਰਡਰ ਤਹਿਤ, WTO ਦੇ ਤਹਿਤ ਜਿਹੜੀਆਂ ਨੀਤੀਆਂ ਲਾਗੂ ਹੋ ਰਹੀਆਂ ਨੇ, ਇਹਦਾ ਸਮਝੌਤਾ ਤਾਂ ਕਾਂਗਰਸ ਨੇ ਕਰਿਆ ਮੇਨ। ਇਸ ਕਰਕੇ ਉਹ ਜਿਹੜੇ ਸਮਝੌਤੇ ਹੋਵੇ ਨੇ ਇਹ ਲਾਗੂ ਕਰ ਰਹੇ ਨੇ। ਕਹਿਣ ਦਾ ਭਾਵ ਇਹ ਸਿਰਫ ਚਿਹਰੇ ਬਦਲਦੇ ਨੇ, ਨੀਤੀ ਪਾਲਿਸੀ ਜਿਹੜੀ ਮਰਜ਼ੀ ਰਾਜਨੀਤਿਕ ਪਾਰਟੀ ਲੈ ਆਓ, ਹੁਣ ਆ ਸਾਰਿਆਂ ਬਾਰੇ ਇਹੀ ਕੁਛ ਆ। ਜੇ ਆਪਣੇ ਹੱਕ, ਆਪਾਂ ਆਪਣੇ ਹੱਕ ਬਚਾਉਣੇ ਨੇ, ਆਪਣੇ ਹੋਂਦ ਬਚਾਉਣੀ ਹੈ, ਤਾਂ ਆਪਾਂ ਨੂੰ ਆਪ ਲੜਨਾ ਪੈਣਾ। ਜੇ ਤੁਸੀਂ ਆ ਕੁਰਸੀ ਤੇ ਬਿਠਾਏ ਲੋਕਾਂ ਨੂੰ ਕੁਛ ਪੁੱਛ ਲਉਂਗੇ, ਇਹ ਤਾਂ ਬਿਨਾਂ ਮਤਲਬ ਤੋਂ ਕਹਿ ਦਿੰਦੇ ਨੇ ਅਸੀਂ ਜੀ ਪੰਜਾਬ ਦੇ ਇਕੱਲੇ ਖੇਤ ਨੂੰ ਪਾਣੀ ਦੇਵਾਂਗੇ। ਪਾਣੀ ਦਊਂਗੇ ਕਿੱਥੇ ਜਦੋਂ ਤੁਹਾਡੇ ਕੋਲ ਪਾਣੀ ਨਹੀਂ? ਪਾਣੀ ਦਾ ਤੁਸੀਂ ਦੇਈ ਬੈਠੇ ਹੋ ਸਾਰਾ ਦੂਜੇ ਸੂਬਿਆਂ ਨੂੰ, ਪਾਣੀ ਤੁਹਾਡੇ ਕੋਲ। ਇਸ ਕਰਕੇ ਇਹ ਤੁਹਾਨੂੰ ਮੂਰਖ ਬਣਾਉਂਦੇ ਨੇ। ਇਸ ਕਰਕੇ ਵੀਰੋ ਅਸੀਂ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦੇ ਹਾਂ, ਕਿਸੇ ਵੀ ਰਾਜਨੀਤਿਕ ਪਾਰਟੀ ਤੇ ਵਿਸ਼ਵਾਸ ਨਾ ਰੱਖੋ। ਮੋਦੀ 5 ਵਾਰ ਆਵੇ, 4 ਵਾਰ ਆਵੇ, 2 ਵਾਰ ਆਵੇ, ਕਦੇ ਪਹਿਲਾਂ ਮਨਮੋਹਨ ਸਿੰਘ 2 ਵਾਰ ਆ ਲਿਆ, ਲੋਕਾਂ ਦਾ ਤਾਂ ਕੁਝ ਨਹੀਂ ਨਾ ਸਿਵ ਰਿਹਾ, ਕਿਸਾਨੀ ਦਾ ਲਗਾਤਾਰ ਘਾਟੇ 'ਚ ਜਾ ਰਹੀ ਆ। ਤੁਸੀਂ ਅੰਕੜੇ ਕੱਢ ਕੇ ਦੇਖ ਲਓ, 1988 ਦੇ ਵਿੱਚ ਜਿੰਨੇ ਕੁ ਅਸੀਂ ਅੰਕੜੇ ਕੱਢੇ ਨੇ, ਇੱਕ ਅਫਸਰ ਦੀ ਤਨਖਾਹ 1800 ਸੀ, ਕਿਸਾਨ ਦੀ ਕਣਕ ਦਾ ਰੇਟ 150 ਰੁਪਏ ਕੁਇੰਟਲ ਸੀ, ਆ 12 ਕੁਇੰਟਲਾਂ ਦੇ ਨਾਲ 1 SHO ਦੀ ਤਨਖਾਹ ਪੂਰੀ ਹੋ ਜਾਂਦੀ ਸੀ। ਅੱਜ ਦੇਖੋ 1 SHO ਦੀ ਤਨਖਾਹ ਕਿੱਥੇ ਗਈ ਤੇ ਸਾਡਾ ਕਿਸਾਨ ਕਿੱਥੇ ਰਹਿਣੇ ਨੇ? ਮਤਲਬ ਜਥੇਬੰਦੀਆਂ ਫਿਰ ਇਕਜੁੱਟ ਹੋ ਕੇ ਕਿਉਂ ਨਹੀਂ ਚੱਲਦੀਆਂ? ਕਿਉਂਕਿ ਜਦ ਕਿਸਾਨਾਂ ਵਾਸਤੇ ਖੜੇ ਆਪਾਂ, ਕਿਸਾਨਾਂ ਦੀਆਂ ਮੰਗਾਂ ਲੈ ਕੇ ਤੁਰਦੇ ਹਾਂ ਸਾਰੇ, ਅਲੱਗ ਅਲੱਗ ਕਿਉਂ ਨੇ ਜਥੇਬੰਦੀਆਂ? ਦੇਖੋ ਜਥੇਬੰਦੀਆਂ ਅਲੱਗ ਅਲੱਗ ਕਿਉਂ ਨੇ? ਅਸੀਂ ਚਾਹੁੰਦੇ ਹਾਂ, ਸਾਡੀ ਜਥੇਬੰਦੀ ਚਾਹੁੰਦੀ ਆ ਸਮੁੱਚੀ ਕਿਸਾਨੀ ਦਾ ਕਰਜ਼ਾ ਮਾਫ ਹੋਵੇ, ਭਾਵੇਂ ਕੋਈ 2 ਏਕੜ ਆ, ਭਾਵੇਂ 4 ਵਾਲਾ, ਭਾਵੇਂ ਕੋਈ 20 ਵਾਲਾ, ਕੋਈ 50 ਵਾਲਾ, ਕੋਈ ਜਥੇਬੰਦੀ ਚਾਹੁੰਦੀ ਆ ਵੀ ਸਿਰਫ 2.5 ਏਕੜ ਤੱਕ ਲੜੋ, ਪੈ ਗਿਆ ਨਾ ਫਰਕ। ਕੋਈ ਜਥੇਬੰਦੀ ਕਹਿੰਦੀ ਆ ਡਾਕਟਰ ਸਵਾਮੀਨਾਥਨ ਤੇ ਨਾ ਲੜੋ, ਕੋਈ ਕਹਿੰਦੀ ਆ ਵੀ ਕਰਜ਼ੇ ਤੇ ਲੜਨਾ ਹੀ ਨਹੀਂ ਚਾਹੀਦਾ। ਅਸੀਂ ਕਹਿੰਦੇ ਹਾਂ ਡਾਕਟਰ ਸਵਾਮੀਨਾਥਨ ਰਿਪੋਰਟ ਅਨੁਸਾਰ ਲੜੋ, ਸਾਨੂੰ ਡਾਕਟਰ ਸਵਾਮੀਨਾਥਨ ਰਿਪੋਰਟ ਅਨੁਸਾਰ ਭਾਅ ਦਵੋ, ਸਾਡੇ ਮਜ਼ਦੂਰ ਦੀ ਦਿਹਾੜੀ 1200 ਰੁਪਇਆ ਕਰੋ, ਉੱਧਰੋਂ ਸਾਡਾ ਕਣਕ ਦਾ ਜਿਹੜਾ ਆਪਣਾ ਕਣਕ ਦਾ ਭਾਅ ਉਨਾ ਹੀ ਸਾਡਾ ਕਣਕ ਦਾ ਭਾਅ ਵਧਾਓ। ਇਸ ਇੱਥੇ ਵਿਤਕਰੇ ਨੇ ਨਾ, ਨੀਤੀ ਪਾਲਿਸੀ ਦੇ ਵਿਤਕਰੇ ਨੇ। ਕੋਈ ਕਈ ਜਥੇਬੰਦੀਆਂ ਚੱਲਦੀਆਂ ਰੂਸ ਚ ਇਹਨਾਂ ਤੋਂ ਨੇ, ਸਾਡੀ ਜਥੇਬੰਦੀ ਨਾ ਲੈਫਟ ਨਾ ਰਾਈਟ, ਅਸੀਂ ਸਿੱਧੇ ਬਾਈ ਸਿੱਧੇ ਚੱਲਣ ਵਾਲੇ ਬੰਦੇ, ਸਾਡਾ ਇੱਕੋ ਇੱਕ ਨਿਸ਼ਾਨਾ ਗੁਰੂ ਨਾਨਕ ਦੇਵ ਸਾਹਿਬ ਦੇ ਫਲਸਫੇ ਤੇ ਚੱਲ ਕੇ ਕਿਸਾਨੀ ਲਈ ਲੜਨਾ।
ਹੁਣ ਜਾਂਦੇ ਹੋਏ ਕੀ ਕਹਿਣਾ ਚਾਹੁੰਦੇ ਹੋ ਜਿਹੜੀਆਂ 13 ਫਰਵਰੀ ਨੂੰ ਤੁਸੀਂ ਨੇ ਕੂਚ ਕਰਨਾ ਦਿੱਲੀ ਨੂੰ, ਸਾਰੇ ਜਥੇਬੰਦੀਆਂ ਇਕੱਠੇ ਹੋ ਕੇ ਲੜਨਗੀਆਂ, ਇਕੱਠੇ ਹੋ ਕੇ ਜਾਣਗੀਆਂ ਦਿੱਲੀ? ਦੇਖੋ ਜਿਹੜੀਆਂ ਕਿਸਾਨ ਜਥੇਬੰਦੀਆਂ ਦੀ ਇਹਨਾਂ ਮੰਗਾਂ ਤੇ ਸਹਿਮਤੀ ਬਣਦੀ ਆ ਤੇ ਜਿਨ੍ਹਾਂ ਨੇ ਚੋਣਾਂ ਨਹੀਂ ਲੜੀਆਂ ਤੇ ਉਹਨਾਂ ਨਾਲ ਵਿਚਾਰ ਹੋ ਸਕਦਾ, ਜਿਨ੍ਹਾਂ ਨੇ ਚੋਣਾਂ ਲੜੀਆਂ ਨੇ ਉਹਨਾਂ ਦੇ ਨਾਲ ਵਿਚਾਰ ਕਰਨ ਦਾ ਸਹੀ ਨਹੀਂ ਹੈਗਾ। ਉਹ ਤਾਂ ਇੱਕ ਰਾਜਨੀਤਿਕ ਪਾਰਟੀ ਬਣ ਗਈਆਂ, ਕੱਲ ਨੂੰ ਅਗਲਾ ਕਹੂਗਾ ਇਹ ਚੋਣਾਂ ਲੜਦੀਆਂ ਨੇ, ਕੱਲ ਨੂੰ ਫਿਰ ਅਕਾਲੀ ਦਲ ਵਾਲੇ ਵੀ ਕਹਿਣਗੇ ਬਾਈ ਜੀ ਸੰਯੁਕਤ ਕਿਸਾਨ ਸਮਾਜ ਮੋਰਚੇ ਨੇ ਚੋਣ ਲੜੀਆ, ਸਾਨੂੰ ਵੀ ਸਟੇਜ ਤੇ ਬੁਲਾਓ, ਕਾਂਗਰਸੀ ਵੀ ਕਹਿਣਗੇ, ਫਿਰ ਕਿਹਨੂੰ ਕਿਹਨੂੰ ਰੋਕਾਂਗੇ, ਕਿਹਨੂੰ ਕਿਹਨੂੰ ਨਹੀਂ ਰੋਕਾਂਗੇ? ਹੁਣ ਤੁਹਾਡੇ ਨਾਲ ਕਿਹੜੇ ਕਿਹੜੇ ਆਗੂ ਨੇੜੇ ਅੱਗੇ ਨੇ, ਅੱਗੇ ਤੁਰ ਕੇ ਮੋਰਚਾ ਲੀਡ ਕਰਦੇ ਨੇ, ਕਿਹੜੇ ਕਿਹੜੇ ਆਗੂ ਤੁਹਾਡੇ ਨਾਲ ਨੇ? ਦੇਖੋ ਪੰਜਾਬ ਤੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ, ਬਲਦੇਵ ਸਿੰਘ ਸਿਰਸਾ ਜੀ, ਸਰਜੀਤ ਫੂਲ ਜੀ, ਉਸ ਤੋਂ ਬਾਅਦ ਪੰਨੂ ਪੰਧੇਰੋਨੀ ਜੋ ਮਾਝੇ ਦੇ ਵਿੱਚ ਨੇ, ਭੋਜ ਰਾਜ ਜੀ ਹੋ ਗਏ, ਖੋਸਾ ਜਥੇਬੰਦੀ ਤੋਂ ਸੁਖਜਿੰਦਰ ਖੋਸਾ ਜੀ ਹੋ ਗਏ, ਸ਼ੇਰੇ ਪੰਜਾਬ ਤੋਂ ਗੁਰਿੰਦਰ ਸਿੰਘ ਜੀ ਭੰਗੂ ਹੋ ਗਏ, ਇਸ ਤਰ੍ਹਾਂ ਬਹੁਤ ਜ਼ਿਆਦਾ ਜਥੇਬੰਦੀਆਂ ਨੇ। ਤੇ ਉਗਰਾਹਾਂ ਤੇ ਰਾਜੋਣਾ ਉਹ ਤੁਹਾਡੇ ਨਾਲ ਨਹੀਂ ਹੈਗੇ? ਦੇਖੋ ਉਗਰਾਹਾਂ ਜਥੇਬੰਦੀ ਜਿਹੜੀ ਟੁੱਟੀ ਆ ਉਹਦਾ ਇੱਕ ਹਿੱਸਾ ਜਿਹੜਾ ਬਹੁਤ ਵੱਡਾ ਟੁੱਟ ਗਿਆ, ਆਜ਼ਾਦ ਲੌਂਗੋਵਾਲ ਜਿਹਦਾ ਪ੍ਰਧਾਨ ਬਣਿਆ ਉਹ ਜਥੇਬੰਦੀ ਸਾਡੇ ਨਾਲ ਆ। ਇਹ ਸਿਰਫ ਪੰਜਾਬ ਵੱਲੋਂ ਹੀ ਮੋਰਚਾ ਲਾਇਆ ਜਾਏ ਜਾਂ ਹਰਿਆਣਾ ਵੀ ਨਾਲ ਆ? ਨਹੀਂ, ਹਰਿਆਣੇ ਦੇ ਵਿੱਚ ਆਪਣੇ ਨਾਲੋਂ ਜ਼ਿਆਦਾ ਜ਼ੋਰ ਤੇ ਲੋਕ ਤੁਰੇ ਨੇ, ਤੇ ਇਕੱਲਾ ਹਰਿਆਣਾ ਹੀ ਨਹੀਂ, ਤਾਮਿਲਨਾਡੂ ਤੇ ਮਹਾਰਾਸ਼ਟਰ, ਪੂਰੇ ਭਾਰਤ, ਤੇਲੰਗਾਨਾ, ਸਾਰੇ ਪੂਰੇ ਭਾਰਤ ਤੋਂ ਕਿਸਾਨ ਪਹੁੰਚ ਰਹੇ ਨੇ 13 ਤਰੀਕ ਨੂੰ। 13 ਤਰੀਕ ਸਾਰੇ ਮਤਲਬ ਇੰਡੀਆ ਲੈਵਲ ਤੇ ਮੋਰਚਾ ਲੱਗ ਰਿਹਾ ਪੂਰਾ, ਪੂਰੇ ਭਾਰਤ ਪੱਧਰ ਤੇ MS ਪੂਰੇ ਭਾਰਤ ਦੇ ਕਿਸਾਨਾਂ ਨੂੰ ਚਾਹੀਦੀ ਹੈ ਨਾ, ਇਕੱਲੇ ਪੰਜਾਬ ਦੇ ਨੂੰ ਨਹੀਂ ਨਾ ਚਾਹੀਦੀ, ਕਿਉਂਕਿ MSP ਦਾ ਕਾਨੂੰਨ ਬਣਾਉਣਾ ਬੜਾ ਜ਼ਰੂਰੀ ਆ, ਤਾਂ ਹੀ ਪੰਜਾਬ ਦੇ ਵਿੱਚੋਂ ਝੋਨੇ ਦਾ ਸਫਾਇਆ ਹੋ ਸਕਦਾ। MSP ਜੇ ਫਸਲਾਂ ਤੇ ਕਾਨੂੰਨ ਬਣੂਗਾ ਤਾਂ ਹੀ ਝੋਨੇ ਦੀ ਜਗ੍ਹਾ ਦਾਲਾਂ ਦੀ ਖੇਤੀ ਹੋ ਸਕਦੀ ਆ, ਜੇ ਕਾਨੂੰਨ ਬਣਿਆ ਹੋਊਗਾ, ਨਹੀਂ ਕੋਈ ਹੱਲ ਨਹੀਂ ਹੈਗਾ। ਨਹੀਂ ਕਿਸੇ ਫਸਲ ਦੇ ਉੱਤੇ ਕਾਨੂੰਨ ਨਹੀਂ ਬਣਿਆ, ਪਰ ਜਦੋਂ ਲੋਕ ਦਾਲਾਂ ਬੀਜਦੇ ਨੇ ਸਹੀ ਭਾਅ ਨਹੀਂ ਮਿਲਦਾ ਤੇ ਫਿਰ ਕਿਸਾਨ ਮੁੜ ਕੇ ਦੁਬਾਰਾ ਫਿਰ ਝੋਨੇ ਵੱਲ ਆਉਂਦਾ। ਹੋਰ ਕੀ ਕਹਿਣਾ ਸਾਡੇ ਦਰਸ਼ਕਾਂ ਨੂੰ, ਕੀ ਕਹਿਣਾ ਚਾਹੁੰਦੇ ਹੋ ਜਾਂਦੇ ਜਾਂਦੇ, ਜਿਹੜਾ ਮੋਰਚਾ ਲੱਗ ਰਿਹਾ 13 ਨੂੰ ਤੁਸੀਂ ਦਿੱਲੀ ਕੂਚ ਕਰਨਾ, ਜਿਹੜੇ ਜਿਹਨੂੰ ਨਹੀਂ ਪਤਾ ਇਹਦੇ ਬਾਰੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਘਰੇ ਬੈਠੇ ਨੇ ਹਲੇ ਵੀ? ਅਸੀਂ ਜਿਹੜੇ ਸਾਡੇ ਭਰਾ ਘਰਾਂ ਬੈਠੇ ਨੇ, ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ, ਤੁਹਾਡੇ ਪਿੰਡਾਂ ਦੇ ਵਿੱਚ ਵੱਖ ਵੱਖ ਜਥੇਬੰਦੀਆਂ ਬੈਠੀਆਂ ਨੇ ਜਿਨ੍ਹਾਂ ਦਾ ਕਿਸਾਨੀ ਮੰਗਾਂ ਦੇ ਨਾਲ ਕੋਈ ਸੰਬੰਧ ਨਹੀਂ ਹੈਗਾ, ਪਰ ਉਹ ਕਹਾਉਂਦੀਆਂ ਕਿਸਾਨ ਜਥੇਬੰਦੀਆਂ ਨੇ, ਜਿਨ੍ਹਾਂ ਨੇ ਕੱਲ ਨੂੰ ਤੁਹਾਨੂੰ ਕਿਸੇ ਨਾ ਕਿਸੇ ਰਾਜਨੀਤਿਕ ਪਾਰਟੀ ਦੀ ਝੋਲੀ 'ਚ ਪਾਉਣਾ। ਮੇਰੇ ਵੀਰੋ, ਆਪ ਸਭ ਨੂੰ ਬੇਨਤੀ ਆ, ਕਿਸੇ ਵੀ ਰਾਜਨੀਤਿਕ ਸਾਡੇ, ਅਸੀਂ ਤੁਹਾਨੂੰ ਕੱਲ ਨੂੰ ਨਾ ਅਕਾਲੀ ਨਾ ਕਾਂਗਰਸ ਨਾ ਅਸੀਂ ਕੋਈ ਆਪਣੀ ਪਾਰਟੀ ਬਣਾਉਣੀ ਆ, ਅਸੀਂ ਜਦੋਂ ਤੱਕ ਜੇ ਅਸੀਂ ਕਿਸਾਨੀ ਬਚਾਉਣੀ ਆ ਤਾਂ ਸਾਨੂੰ ਇੱਕ ਪ੍ਰੈਸ਼ਰ ਗਰੁੱਪ ਬਣਾ ਕੇ ਰੱਖਣਾ ਪੈਣਾ, ਅਸੀਂ ਉਹ ਪ੍ਰੈਸ਼ਰ ਗਰੁੱਪ ਦੇ ਤੌਰ ਤੇ ਕੰਮ ਕਰਾਂਗੇ, ਤੇ ਜਿੰਨੇ ਲੋਕ ਸਾਡੀ ਆਵਾਜ਼ ਸੁਣਦੇ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਮੇਰੇ ਵੀਰੋ, ਹੱਕ ਲੜ ਕੇ ਲੈਣੇ ਪੈਂਦੇ ਨੇ, ਘਰਾਂ ਬੈਠੇ ਲੋਨ ਲਿਮਟਾਂ ਕਰਜ਼ੇ ਬੀਮੇ ਮਿਲ ਸਕਦੇ ਨੇ, ਪਰ ਜੇ ਤੁਸੀਂ ਆਪਣਾ ਕੁਝ ਲੈਣਾ, ਆਪਣੇ ਲਈ ਕੁਝ ਲੜਨਾ, ਤਾਂ ਤੁਹਾਨੂੰ ਸੜਕਾਂ ਦੇ ਉੱਤੇ ਸਰਕਾਰਾਂ ਦੇ ਵਿਰੁੱਧ ਲੜ ਕੇ ਲੈਣਾ ਪੈਣਾ। ਬਹੁਤ ਧੰਨਵਾਦ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।